विनिंग पंजाब दा स्पैशल प्रोग्राम देख रहे हो तुसी ते मैं हाँ लखविंदर सिंह मान लैके हाजिर हाँ पंजाब दी राजनीति दियां कुछ वड्डियां ते अहम खबरां। सब तो पहला गलबात करांगे नवजोत सिंह सिद्धू दी, जेहड़े कि एक बार फिर तो चन्नी सरकार नूं घेरदे होए नजर आए ने। जिवें कि पिछले दिन ही एजी दे वल्लों एक वड्डा बयान आया सी कि नवजोत सिंह चन्नी ना सरकार नूं काम तक करन दे रहे ने ना ही उह एजी नूं काम करन वास्ते दे रहे ने। सो उहनां दा जवाब दित्ता गा एक लंबा चौड़ा जवाब, एक तो एक बाद लगातार ट्वीट आए ने नवजोत सिंह सिद्धू दे वल्लों। ट्वीटां दे विच किन्ना मुद्दां दी गल की है ते किस तरह जवाब दिता गया, किस तरह पलटवार किया गया, उस बारे गलबात करांगे। ते नाल ही नाल गलबात करांगे विधान सभा दे स्पैशल सैशन दी, जिहड़ा कि कल बुलाया गया उस दे विच किहड़े मुद्दां दी उपर गल होएगी ते सरकार किहड़े किहड़े अहम मुद्दां उपर अपने फैसले सुना सकदी है, इस बारे भी गलबात करांगे। ते गलबात करन दे लई मैं नाल जुड़े ने प्रोफेसर मनजीत अणखी जी, सब तो पहलां स्वागत करांगे। अणखी सर प्रोग्राम दे विच स्वागत है जी। बहुत बहुत शुक्रिया जी। ਤੁਹਾਡੀ ਸਰ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਪਿਛਲੇ ਐਪੀਸੋਡ ਦੇ ਵਿੱਚ, 2-4 ਦਿਨ ਦੀ ਬਿਲਕੁਲ ਸ਼ਾਂਤੀ ਰਹੀ ਸੀ ਪੰਜਾਬ ਕਾਂਗਰਸ ਦੇ ਵਿੱਚ। ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਪ੍ਰੈਸ ਕਾਨਫਰੰਸ ਆਈ ਤੇ ਭੁਚਾਲ ਆ ਚੁੱਕਿਆ ਹੈ ਪੰਜਾਬ ਦੀ ਕਾਂਗਰਸ ਦੇ ਵਿੱਚ, ਇੱਕ ਤੋਂ ਬਾਅਦ ਇੱਕ ਵਾਰ ਤੇ ਉਸ ਦੇ ਉੱਪਰ ਪਲਟਵਾਰ ਆ ਰਹੇ ਨੇ। ਜਿਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਮੁੱਦਿਆਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚੰਨੀ ਸਰਕਾਰ ਨੂੰ ਘੇਰਿਆ ਏਜੀ ਦੇ ਥਰੂ, ਉਸ ਤੋਂ ਬਾਅਦ ਏਜੀ ਦਾ ਇੱਕ ਟਵੀਟ ਆਉਂਦਾ ਜੀ, ਇੱਕ ਬਿਆਨ ਆਉਂਦਾ ਵੀ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਨਾ ਤਾਂ ਪੰਜਾਬ ਸਰਕਾਰ ਨੂੰ ਕੰਮ ਕਰਨ ਦੇ ਰਹੇ ਨਾ ਹੀ ਉਹ ਅਦਾਲਤਾਂ ਨੂੰ ਪ੍ਰੋਪਰ ਤਰੀਕੇ ਨਾਲ ਕੰਮ ਕਰਨ ਦੇ ਰਹੇ ਨੇ, ਰੁਕਾਵਟਾਂ ਖੜੀਆਂ ਕਰ ਰਹੇ ਨੇ। ਹੁਣ ਉਹਦੇ ਬਿਆਨ ਦੇ ਉੱਪਰ ਇੱਕ ਪਲਟਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਦਾ ਆਇਆ ਤੇ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਏਜੀ ਨੂੰ ਲੈ ਕੇ, ਨਿਸ਼ਾਨਾ ਫਿਰ ਤੋਂ ਚੰਨੀ ਸਰਕਾਰ ਦੇ ਉੱਪਰ ਹੈ। ਉਹਨਾਂ ਨੇ ਏਜੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸ਼੍ਰੀਮਾਨ ਜੀ ਲੋਕ ਅੰਨੇ ਨਹੀਂ, ਭਾਵੇਂ ਕਿ ਕਾਨੂੰਨ ਅੰਨਾ ਹੁੰਦਾ ਹੈਗਾ, ਲੋਕ ਅੰਨੇ ਨਹੀਂ। ਉਹਨਾਂ ਨੇ ਦੇਖਿਆ ਵੀ ਜਿਹੜੇ ਮੁੱਦਿਆਂ ਨੂੰ ਲੈ ਕੇ 2017 ਦੇ ਵਿੱਚ ਮਸਲੇ ਹੱਲ ਕਰਨ ਲਈ ਸਰਕਾਰ ਬਣੀ ਸੀ ਉਹ ਮੁੱਦੇ ਹੱਲ ਨਹੀਂ ਹੋਏ, ਲੇਕਿਨ ਤੁਸੀਂ ਜਿਹੜੇ ਬੇਅਦਬੀ ਦੇ ਮੁੱਖ ਦੋਸ਼ੀ ਸੀ ਉਹਨਾਂ ਦੇ ਪੱਖ ਦੇ ਵਿੱਚ ਖੜ ਕੇ ਦਲੀਲਾਂ ਦਿੱਤੀਆਂ ਤੇ ਸਰਕਾਰ ਦੇ ਉੱਪਰ ਵੱਡੇ ਵੱਡੇ ਇਲਜ਼ਾਮ ਲਗਾਏ ਸੀ, ਕਿਵੇਂ ਦੇਖ ਰਹੇ ਹੋ ਇਹਨਾਂ ਟਵੀਟਾਂ ਨੂੰ? ਇੱਕ ਵੱਡਾ ਹਮਲਾ ਏਜੀ ਦੇ ਥਰੂ ਫਿਰ ਤੋਂ ਚੰਨੀ ਸਰਕਾਰ ਦੇ ਉੱਪਰ ਹੋਇਆ, ਕਿਵੇਂ ਦੇਖ ਰਹੇ ਹੋ ਇਹਨਾਂ ਟਵੀਟਾਂ ਨੂੰ? ਮਾਨ ਸਾਹਿਬ, ਇਹਨਾਂ ਟਵੀਟਾਂ ਤੇ ਚਲੋ ਨਜ਼ਰ ਪੈ ਹੀ ਜਾਂਦੀ ਹੈ, ਇਹ ਟਵੀਟ ਤਾਂ ਅਸੀਂ ਵੇਖ ਹੀ ਲੈਂਦੇ ਹਾਂ। ਵਿਧਾਨ ਸਭਾ ਅੱਜ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ ਜਿਹੜੇ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਗਈਆਂ ਉਹ ਵੀ ਆਪਾਂ ਵੇਖ ਲਾਂਗੇ, ਉਹਦੀ ਵੀ ਚਰਚਾ ਕਰ ਲਾਂਗੇ। ਪਰ ਜੇਕਰ ਸਭ ਤੋਂ ਪਹਿਲਾਂ ਚਰਚਾ ਅਸੀਂ ਉਹਨਾਂ ਵੋਕੇਸ਼ਨਲ ਅਧਿਆਪਕਾਂ ਦੀ ਕਰੀਏ ਜਿਹੜੇ ਅੱਜ ਮੁੱਖ ਮੰਤਰੀ ਦੇ ਨਿਵਾਸ ਵੱਲ ਨੂੰ ਜਾ ਰਹੇ ਸੀ ਤੇ ਉਹਨਾਂ ਦੇ ਪੁਲਿਸ ਨੇ ਕਿਸ ਤਰੀਕੇ ਨਾਲ ਡਾਂਡਾ ਮਾਰੀਆਂ ਤੇ ਕਿਸ ਤਰੀਕੇ ਨਾਲ ਉਹ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਲਹੂ ਲੁਹਾਨ ਕੀਤਾ, ਸੱਟਾਂ ਪਿੱਟਾਂ ਲੱਗੀਆਂ, ਤੇ ਚਾਹੇ ਉਹ ਚੰਨੀ ਦੀ ਪੁਲਿਸ ਹੋਵੇ ਤੇ ਚਾਹੇ ਕੈਪਟਨ ਦੀ ਪੁਲਿਸ ਹੋਵੇ, ਤਾਂ ਸ਼ੱਦਤ ਤਾਂ ਉਹਨਾਂ ਵੋਕੇਸ਼ਨ ਅਧਿਆਪਕਾਂ ਤੇ ਜਿਹੜਾ ਹੋਇਆ, ਜਿਹੜੇ ਬੀਤੇ ਲੰਮੇ ਸਮੇਂ ਤੋਂ ਬੜਾ ਆਪਣਾ ਹੱਕ ਮੰਗਦੇ ਪਏ ਆ। ਔਰ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਹਿ ਦਿੰਦੇ ਆ ਕਿ ਦੇਖੋ ਜੀ ਮੈਂ ਇੱਕ ਆਮ ਆਦਮੀ ਹਾਂ ਤੇ ਆਮ ਆਦਮੀ ਦੀਆਂ ਮੁਸ਼ਕਲਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹਾਂ, ਜੇ ਉਹ ਜਾਣੂ ਹੁੰਦੇ ਤਾਂ ਫਿਰ ਜਿਸ ਤਰੀਕੇ ਨਾਲ ਇੱਕ ਦਿਨ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਸੀ ਕਿ ਵਾਕਈ ਜੇ ਖਜ਼ਾਨੇ ਭਰੇ ਨੇ ਫਿਰ ਉਹ ਜਿਹੜੇ ਟੈਂਕੀਆਂ ਤੇ ਬੇਰੁਜ਼ਗਾਰ ਅਧਿਆਪਕ ਚੜ੍ਹੇ ਆ ਉਹਨਾਂ ਨੂੰ ਦੇ ਦਿਉ, ਜਿਹੜੇ ਸੜਕਾਂ ਤੇ ਡਾਂਗਾ ਖਾਂਦੇ ਆ ਆਪਣੇ ਹੱਕਾਂ ਵਾਸਤੇ ਉਹਨਾਂ ਨੂੰ ਦੇ ਦਿਉ, ਜਿਹੜੇ ਬੀਤੇ ਦਹਾਂ ਦਹਾਂ ਸਾਲਾਂ ਤੋਂ ਠੇਕੇ ਦੇ ਆਧਾਰ ਤੇ ਕੰਮ ਕਰਦੇ ਪਏ ਆ ਉਹਨਾਂ ਨੂੰ ਪੱਕਿਆਂ ਕਰ ਦਿਉ। ਤੇ ਚੰਨੀ ਸਰਕਾਰ ਜੀ ਵਾਕਿਆ ਹੀ ਨਵਜੋਤ ਸਿੰਘ ਸਿੱਧੂ ਦੇ ਇਹ ਬੋਲ ਚੇਤੇ ਆਉਂਦੇ ਨੇ ਕਿ ਜੇ ਵਾਕਈ ਤੁਸੀਂ ਆਮ ਲੋਕ ਦੀ ਆਮ ਜਨ ਸਧਾਰਨ ਦੀ ਪੀੜ ਨੂੰ ਸਮਝਦੇ ਜੀ ਤੇ ਜਿਸ ਤਰੀਕੇ ਨਾਲ ਅੱਜ ਵੋਕੇਸ਼ਨਲ ਅਧਿਆਪਕਾਂ ਦੇ ਉੱਤੇ ਲਾਠੀਚਾਰਜ ਪੰਜਾਬ ਪੁਲਿਸ ਨੇ ਕੀਤਾ ਉਹ ਨਹੀਂ ਸੀ ਹੋਣਾ ਚਾਹੀਦਾ। ਠੀਕ ਹੈ ਤੁਹਾਡੇ ਕੋਲ ਟਾਈਮ ਬਹੁਤ ਥੋੜ੍ਹਾ, ਔਰ ਉਸ ਥੋੜ੍ਹੇ ਟਾਈਮ ਦੇ ਵਿੱਚ ਸ਼ਾਇਦ ਤੁਸੀਂ ਇੰਨੇ ਮੁੱਦੇ ਹੱਲ ਨਾ ਕਰ ਸਕੋ ਦੇਖੋ, ਪਰ ਜਿਹੜਾ ਆ ਤੁਸੀਂ ਇਸ ਵੇਲੇ ਜਿਹੜੀ ਕੁਰਸੀ ਤੇ ਬੈਠੇ ਸੀ ਉਸ ਕੁਰਸੀ ਵੱਲ ਹਰ ਬੰਦੇ ਦਾ ਵੇਖਣ ਦਾ ਹੱਕ ਆ। ਅੱਜ ਵੀ ਮੀਡੀਆ ਚੈਨਲਾਂ ਵੱਲੋਂ ਜਾਂ ਬਹੁਤ ਕੁਝ ਇਸ ਤਰ੍ਹਾਂ ਕਿਹਾ ਗਿਆ ਸੀ ਕਿ ਅੱਜ ਤੁਸੀਂ ਬੀਤੇ ਦਹਾਂ ਸਾਲਾਂ ਤੋਂ ਜਿਹੜੇ ਠੇਕੇ ਦੇ ਆਧਾਰ ਤੇ ਕੰਮ ਕਰ ਰਹੇ ਮਾਮੂਲੀ ਤਨਖਾਹਾਂ ਤੇ 10-10, 15-15 ਹਜ਼ਾਰ ਤੇ ਤੁਸੀਂ ਉਹਨਾਂ ਨੂੰ ਪੱਕਿਆਂ ਕਰ ਦੋਗੇ, ਅੱਜ ਕੋਈ ਇਸ ਤਰ੍ਹਾਂ ਦਾ ਤੋਹਫੇ ਦੇ ਰੂਪ 'ਚ ਦਊਗੇ, ਪਰ ਤੋਹਫੇ ਦੇ ਰੂਪ 'ਚ ਤਾਂ ਚਲੋ ਤੁਸੀਂ ਕੀ ਦੇਣਾ, ਪਰ ਅਧਿਆਪਕਾਂ ਤੇ ਡਾਂਗਾ ਜਿਹੜੇ ਵੋਕੇਸ਼ਨਲ ਅਧਿਆਪਕ ਨੇ ਉਹਨਾਂ ਤੇ ਡਾਂਗਾ ਵੱਜਣੀਆਂ ਜ਼ਰੂਰ ਨਜ਼ਰ ਆਈਆਂ। ਇਹ ਤਾਂ ਮੈਂ ਗੱਲ ਮਾਨਸਰ ਕੀਤੀ ਹੈ ਕਿ ਇਹ ਗੱਲ ਜ਼ਰੂਰੀ ਕਰਨੀ ਬਣਦੀ ਹੈ ਕਿ ਅਸੀਂ ਰੋਜ਼ ਕਦੇ ਦਿਓਲ ਦੇ ਕਸੀਦੇ, ਕਦੇ ਨਵਜੋਤ ਸਿੱਧੂ ਦੇ, ਕਦੇ ਚੰਨੀ ਸਰਕਾਰ ਦੇ ਕਸੀਦੇ ਪੜ੍ਹ ਲੈਂਦੇ ਹਾਂ, ਗਾਉਂਦੇ ਹਾਂ ਜਾਂ ਬੋਲਦੇ ਹਾਂ, ਤਾਂ ਕਦੇ ਉਹਨਾਂ ਦੀ ਆਲੋਚਨਾ ਕਰਦੇ ਹਾਂ, ਉਹਨਾਂ ਅਧਿਆਪਕਾਂ ਦੀਆਂ ਉਹਨਾਂ ਲੋਕਾਂ ਦੀਆਂ ਗੱਲਾਂ ਵੀ ਕਰਨੀਆਂ ਸਾਨੂੰ ਚਾਹੀਦੀਆਂ ਨੇ ਜਿਹੜੇ ਇਹ ਸਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਨੇ, ਚਾਹੇ ਉਹ ਹੱਕ ਜ਼ਿਆਦਾਤਰ ਉਹੀ ਲੋਕ ਹੁੰਦੇ ਨੇ ਜਿਹੜੇ ਆਪਣੇ ਹੱਕਾਂ ਵਾਸਤੇ ਮੰਗਦੇ ਨੇ, ਹੱਕਾਂ ਵਾਸਤੇ ਸੜਕਾਂ ਤੇ ਨਿਕਲਦੇ ਨੇ, ਤੇ ਇਹੋ ਜਿਹੇ ਮੌਸਮਾਂ ਦੇ ਵਿੱਚ ਇਹ ਵੀ ਵਿਅਕਤੀ ਦਾ ਦਿਲ ਨਹੀਂ ਕਰਦਾ ਕਿ ਸੜਕਾਂ ਤੇ ਜਾ ਕੇ ਨਾਅਰੇਬਾਜ਼ੀ ਕਰੇ ਤੇ ਪੁਲਿਸ ਕੋਲ ਡਾਂਗਾ ਖਾਣ ਦਾ, ਕਿਉਂਕਿ ਇਹ ਉਹ ਲੋਕ ਨੇ
ਜਿਹੜੇ ਆਪਣਾ ਹੱਕ ਮੰਗ ਰਹੇ ਨੇ ਪਿਛਲੇ ਲੰਬੇ ਲੰਬੇ ਸਮੇਂ ਤੋਂ। ਇਹ ਅਕਾਲੀ ਦਲ ਦੇ ਵਰਕਰ ਜਾਂ ਆਮ ਆਦਮੀ ਦੇ ਪਾਰਟੀ ਦੇ ਵਰਕਰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਕਸਾਂ, ਉਹ ਲੋਕ ਨਹੀਂ ਆ, ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਬੀਤੇ ਲੰਬੇ ਸਮੇਂ ਤੋਂ ਮਾਮੂਲੀ ਤਨਖਾਹਾਂ 'ਤੇ ਗੁਜ਼ਾਰੀਆਂ। ਅਤੇ ਕਿਰਪਾ ਕਰਕੇ ਇਹਨਾਂ ਦਾ ਦਰਦ ਸਮਝੋ ਅਤੇ ਇਹਨਾਂ ਦੀ ਗੱਲਬਾਤ ਵੀ ਕਰੋ। ਇਹ ਜ਼ਰੂਰੀ ਹੈ, ਇਹ ਜ਼ਰੂਰੀ ਨਹੀਂ ਕਿ ਵਕੇਸ਼ਨ ਅਧਿਆਪਕ, ਜਿਹੜਾ ਵੀ ਕੋਈ ਵਰਗ ਦਾ ਬੰਦਾ ਸੜਕਾਂ 'ਤੇ ਨਾਅਰੇ ਮਾਰਦਾ, ਘੱਟੋ ਘੱਟ ਉਹਨਾਂ ਨੂੰ ਪੁਲਿਸ ਦੀਆਂ ਡਾਂਗਾਂ 'ਤੇ ਨਾ ਮਾਰੋ, ਉਹਨਾਂ ਦੀ ਗੱਲ ਤਾਂ ਸੁਣੋ, ਉਹਨਾਂ ਦੀ ਗੱਲ ਸੁਣੋ, ਉਹਨਾਂ ਨੂੰ ਟਾਈਮ ਦਿਓ। ਦੱਸੋ, ਇਸ ਕਰਕੇ ਇਹ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇਹ ਗੱਲ ਕਰਨੀ ਜ਼ਰੂਰੀ ਬਣਦੀ ਸੀ। ਅਤੇ ਹੁਣ ਮੈਂ ਤੁਹਾਡੇ ਉਸ ਆਪਣੇ ਉਹਨਾਂ ਗੱਲਾਂ ਵੱਲ ਹੀ ਆਉਣਾ ਕਿ ਜਿਹੜੀਆਂ ਗੱਲਾਂ ਆਪਾਂ ਕਰਦੀਆਂ ਨੇ, ਗੱਲਾਂ ਬਿਲਕੁਲ ਜੀ ਏਜ਼ੀ ਨੇ ਕੱਲ੍ਹ ਇੱਕ ਬਿਆਨ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਹੁਣੀ ਇਹਨਾਂ ਮੁੱਦਿਆਂ 'ਤੇ ਸਿਆਸਤ ਕਰ ਰਹੇ ਆ ਅਤੇ ਪੰਜਾਬ ਸਰਕਾਰ ਨੂੰ ਅਤੇ ਏਜ਼ੀ ਦਫ਼ਤਰ ਨੂੰ ਕੰਮ ਨਹੀਂ ਕਰ ਦਿੰਦੇ। ਏਬੀ ਸਿੰਘ ਦਿਓਲ ਸ਼ਾਇਦ ਗੱਲ ਇਹ ਭੁੱਲ ਗਿਆ ਸੀ ਕਿ ਉਹ ਕਿਸ ਬੰਦੇ ਨੂੰ ਜਵਾਬ ਲੱਗਾ ਦੇ। ਜਵਾਬ ਤਾਂ ਉਹਨਾਂ ਦੇ ਦਿੱਤਾ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਅੱਗੋਂ ਜਿਹਨੂੰ ਜਵਾਬ ਦੇ ਰਿਹਾ ਅੱਗੋਂ ਉਹ ਵੀ ਇੱਕ ਚੀਜ਼ ਆ। ਉਹਨੇ ਅੱਜ 12 ਟਵੀਟ ਨਵਜੋਤ ਸਿੰਘ ਸਿੱਧੂ ਨੇ ਕੀਤੇ ਨੇ ਅਤੇ ਇਹਨਾਂ 12 ਟਵੀਟਾਂ ਦੇ ਵਿੱਚ ਏਪੀ ਸਿੰਘ ਦਿਓਲ ਦੀ ਭੂਮਿਕਾ, ਉਸਦੀ ਸ਼ਖਸੀਅਤ ਨੂੰ ਪੂਰਨ ਤੌਰ 'ਤੇ ਨੰਗਿਆਂ ਕਰਕੇ, ਚਿੱਟਿਆਂ ਕਰਕੇ ਸਾਹਮਣੇ ਰੱਖ ਦਿੱਤਾ ਕਿ ਮਿੱਤਰ ਪਿਆਰੇ ਤੂੰ ਇਹ ਆ। ਉਹਨਾਂ ਨੇ ਕਿਹਾ ਬੜੀ ਵਧੀਆ, ਜਦੋਂ ਉਹ ਸਟਾਰਟਿੰਗ 'ਤੇ ਮਿਸਟਰ ਏਜੀ ਉਹਨਾਂ ਨੇ ਗੱਲ ਕੀਤੀ ਕਿ ਕਾਨੂੰਨ ਅੰਨਾ ਹੋ ਸਕਦਾ ਪਰ ਪੰਜਾਬ ਦੇ ਲੋਕ ਜਿਹੜੇ ਅੰਨੇ ਨਹੀਂ ਹਨ। ਪਰ ਮੈਨੂੰ ਇੱਕ ਫਿਲਮ ਸੀ ਬੜੀ ਮਸ਼ਹੂਰ, ਉਹ ਮੈਨੂੰ ਗੱਲ ਫਿਲਮ ਦਾ ਇੱਕ ਡਾਇਲੋਗ ਆ ਗਿਆ ਜੌਲੀ LLB ਪਾਰਟ 1, ਉਹ 'ਚ ਉਹ ਜੱਜ ਕਹਿੰਦਾ ਕਿ ਕਹਿੰਦਾ ਠੀਕ ਆ ਜਿਹੜਾ ਕਾਨੂੰਨ ਅੰਨਾ ਹੁੰਦਾ ਪਰ ਜੱਜ ਅੰਨਾ ਨਹੀਂ ਹੁੰਦਾ, ਤਾਂ ਨਾ ਹੀ ਜੱਜ ਅੰਨਾ ਹੁੰਦਾ ਅਤੇ ਨਾ ਹੀ ਲੋਕ ਅੰਨੇ ਹੁੰਦੇ ਆ। ਤਾਂ ਜਿਸ ਤਰੀਕੇ ਨਾਲ ਮਿੱਟੀ ਘਟਾ ਏਜੀ ਏਪੀ ਸਿੰਘ ਦਿਓਲ ਨੇ ਬੀਤੇ ਦੌਰ 'ਚ ਪੰਜਾਬ ਦੇ ਲੋਕਾਂ ਦੀ ਅੱਖਾਂ 'ਚ ਪਾਉਣ ਦਾ ਹੁਣ ਪਾਇਆ ਅਤੇ ਹੁਣ ਪਾਉਣ ਦਾ ਯਤਨ ਕਰ ਰਿਹਾ ਦੂਜੀ ਧਿਰ ਵੱਲੋਂ, ਨਵਜੋਤ ਸਿੱਧੂ ਨੇ ਇਕੱਲੀ ਇਕੱਲੀ ਉਹਦੀ ਸ਼ਖਸੀਅਤ ਨੂੰ ਨਿਖਾਰ ਕੇ ਪੇਸ਼ ਕੀਤਾ ਕਿ ਉਸਨੇ ਕਿਹਾ ਕਿ ਪਹਿਲਾਂ ਤੁਸੀਂ ਇਹਨਾਂ ਲੋਕਾਂ ਨੂੰ, ਚਾਹੇ ਉਹ ਸੁਮੇਰ ਸਿੰਘ ਸੈਣੀ ਹੋਵੇ ਜਾਂ ਬਰਗਾੜੀ ਕਾਂਡ ਜਾਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਿਸ ਤਰੀਕੇ ਨਾਲ ਬਲੈਂਕਟ ਬੇਲਾਂ ਦਬਾਉਣ ਵਾਸਤੇ ਤੁਸੀਂ ਇੱਕ ਪਾਸੇ ਖੜ੍ਹੇ ਰਹੇ ਜੇ ਔਰ ਸਰਗਰਮ ਭੂਮਿਕਾ ਜਿਹੜੀ ਨਿਭਾਈ ਆ, ਅਤੇ ਹੁਣ ਤੁਸੀਂ ਉਹ ਕਿਸ ਤਰੀਕੇ ਨਾਲ ਦੂਜੇ ਪਾਸੇ ਜਾਓ ਕਿ ਇਹਨਾਂ ਦੇ ਖਿਲਾਫ ਹੀ ਬੋਲੋਗੇ। ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀਆਂ ਅੰਬੀਸ਼ਨਸ ਨੇ, ਤੁਹਾਡੀ ਜਿਹੜੀਆਂ ਖਾਹਿਸ਼ਾਂ ਨੇ, ਉਹ ਕਿਤੇ ਜੱਜ ਬਣਨ ਦੀਆਂ ਉਹਨਾਂ ਨੇ ਇੱਕ ਇੰਡੀਕੇਸ਼ਨ ਦਿੱਤਾ ਕਿ ਤੁਸੀਂ ਆਪਣੇ ਪੋਲੀਟੀਕਲ ਰਿਸੋਰਸਾਂ ਦੇ ਆਧਾਰ 'ਤੇ ਇਹਨਾਂ ਚੀਜ਼ਾਂ ਤੱਕ ਪ੍ਰਾਪਤੀਆਂ ਕਰਦੇ ਨੇ, ਪਰ ਪੰਜਾਬ ਦੇ ਲੋਕ ਜਿਹੜੇ ਨੇ ਇਨਸਾਫ਼ ਦੀ ਮੰਗ ਕਰਦੇ ਨੇ, ਇਨਸਾਫ਼ ਹੋਣਾ ਚਾਹੀਦਾ। ਅਤੇ ਉਹਨਾਂ ਟਵੀਟਾਂ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਨਾਲ ਭੰਡਿਆ ਏਪੀ ਸਿੰਘ ਦਿਓਲ ਦੀ ਭੂਮਿਕਾ ਨੂੰ ਉਹ ਪੇਸ਼ ਕੀਤਾ, ਮੇਰਾ ਨਹੀਂ ਖਿਆਲ ਕਿ ਕੋਈ ਵੀ ਵਿਅਕਤੀ ਉਹਦੇ ਤੋਂ ਇਨਕਾਰੀ ਹੋ ਸਕਦਾ ਹੋਵੇ। ਉਹ ਪੂਰਨ ਤੌਰ 'ਤੇ ਸੱਚ ਔਰ ਸਹੀ 12 ਟਵੀਟ ਆਉਣੇ ਔਰ ਪੂਰੇ ਵਿਸਥਾਰ ਸਹਿਤ, ਔਰ ਨਾਲ ਹੀ ਨਾਲ ਉਹਨਾਂ ਨੇ ਉਹ ਚਿੱਠੀ ਵੀ ਰਿਲੀਜ਼ ਕੀਤੀ ਆ ਕਿ ਜਿਹੜੀ ਚਿੱਠੀ, ਮਾਫ਼ ਕਰਨਾ, ਜਿਹੜੀ ਇੱਕ ਐਪਲੀਕੇਸ਼ਨ ਜਿਹੜੀ ਏਪੀ ਸਿੰਘ ਦਿਓਲ ਵੱਲੋਂ ਆਪਣੇ ਜਿਹੜੇ ਉਹਦੇ ਮੋਕਲ ਨੇ ਉਹਨਾਂ ਦੇ ਹੱਕ ਦੇ ਵਿੱਚ ਕਿਸ ਤਰੀਕੇ ਨਾਲ ਸਰਕਾਰ ਵਰਸਿਸ ਉਹਨਾਂ ਸੁਮੇਰ ਸਿੰਘ ਸੈਣੀ ਦਾ ਨਾਮ ਹੈ ਜਾਂ ਹੋਰ ਬੰਦਿਆਂ ਦਾ ਨਾਮ ਆ, ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਚਿੱਠੀ ਹਾਈਕੋਰਟ ਦੇ ਵਿੱਚ ਜਿਹੜਾ ਉਹਨਾਂ ਦਾਵਾ ਜਿਹੜਾ ਪੇਸ਼ ਕੀਤਾ ਉਹਦੀ ਜਿਹੜੀ ਤਸਵੀਰ ਪੇਸ਼ ਆਉਂਦੀ ਹੈ। ਤਾਂ ਬਿਲਕੁਲ ਨਿਸ਼ਾਨਾ ਤਾਂ ਜਿਸ ਤਰੀਕੇ ਨਾਲ ਏਪੀ ਸਿੰਘ ਦਿਓਲ ਨੇ ਗੱਲ ਲਾਇਆ, ਤਾਂ ਜਿਸ ਤਰ੍ਹਾਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਏਪੀ ਸਿੰਘ ਦਿਓਲ ਨੇ ਇਹ ਬਿਆਨ ਜਾਰੀ ਨਹੀਂ ਕੀਤਾ, ਇਹ ਬਿਆਨ ਉਸ ਕੋਲ ਦਵਾਇਆ ਗਿਆ। ਅਤੇ ਠੀਕ ਆ, ਐਨ ਅਜੇ ਪ੍ਰੈਸ ਕਾਨਫਰੰਸ ਕੈਬਨਿਟ ਮੀਟਿੰਗ ਅਜੇ ਸ਼ੁਰੂ ਹੋਣੀ ਸੀ, ਤਾਂ ਨਵਜੋਤ ਸਿੱਧੂ ਫਿਰ ਆਪਣੀ ਆਦਤ ਅਨੁਸਾਰ ਉਸੇ ਵੇਲੇ ਗਰਮ ਲੋਹੇ 'ਤੇ ਸੱਟ ਮਾਰਦਾ ਕਿ ਜਦੋਂ ਚਰਚਾ ਦਾ ਵਿਸ਼ਾ ਬਣੇ ਉਧਰੋਂ ਕੈਬਨਿਟ ਮੀਟਿੰਗ ਹੋ ਰਹੀ ਆ, ਉਧਰੋਂ ਨਵਜੋਤ ਸਿੱਧੂ ਦੇ 12 ਟਵੀਟ ਜਿਹੜੇ ਆ ਉਹ ਆ ਰਹੇ ਆ। ਔਰ ਇਹਨਾਂ ਟਵੀਟਾਂ ਕਰਕੇ ਹੀ ਉੱਧਰ ਫਗਵਾੜੇ ਬੇਟਾ ਸੁਖਬੀਰ ਬਾਦਲ ਵੀ ਤਿਲਮਿਲਾ ਉੱਠਿਆ, ਉਹਨੇ ਵੀ ਪ੍ਰੈਸ ਕਾਨਫਰੰਸ ਕਰਕੇ ਬੜਾ ਕੁਝ ਕਹਿ ਦਿੱਤਾ ਕਿ ਭਾਈ, ਅਤੇ ਦੂਜੇ ਪਾਸੇ ਰਮਨੀਤ ਬਿੱਟੂ ਵੀ ਕਹੀ ਜਾਂਦਾ। ਸੋ ਬਹੁਤ ਕੁਝ ਇਹੋ ਜਿਹੀਆਂ ਗੱਲਾਂ, ਉਹਦਾ ਟਵੀਟਾਂ ਦੀ ਜਿਹੜੀ ਤਕਲੀਫ ਆ ਨਵਜੋਤ ਸਿੱਧੂ ਦੇ ਹੁੰਦੀ ਆ, ਇਹਨੂੰ ਉਹ ਲੋਕ ਕਿਸੇ ਰਾਜਨੀਤਿਕ ਪੱਧਰ 'ਤੇ ਵੇਖਦੇ ਨੇ, ਕਿਸ ਤਰੀਕੇ ਨਾਲ ਵੇਖਦੇ ਜਾਂ ਕਿਸ ਪੱਧਰ 'ਤੇ ਨਹੀਂ ਵੇਖਦੇ, ਇਹ ਉਹਨਾਂ ਦਾ ਨਜ਼ਰੀਆ। ਪਰ ਬਤੌਰ ਅਸੀਂ ਆਪਣੇ ਪੱਤਰਕਾਰੀ ਪੱਖ ਤੋਂ ਅਗਰ ਅਸੀਂ ਉਹਨਾਂ ਟਵੀਟਾਂ ਨੂੰ ਵੇਖੀਏ, ਸਾਡਾ ਸਥਿਤੀਆਂ ਦਾ ਵਿਸ਼ਲੇਸ਼ਣ ਕਰਨਾ ਸਾਡਾ ਮੁੱਢਲਾ ਫਰਜ਼ ਆ, ਸਾਡੀ ਇਹ ਡਿਊਟੀ ਨਹੀਂ ਬਣਦੀ ਕਿ ਅਸੀਂ ਕਿਸੇ ਦੇ ਹੱਕ 'ਚ ਨਿਤਰੀਏ ਅਤੇ ਕਿਸੇ ਦੇ ਹੱਕ 'ਚ ਖਿਲਾਫ਼ ਜਾਈਏ। ਜੋ ਹੈ ਸੋ ਸਾਹਮਣੇ ਆ। ਜੇਕਰ ਨਵਜੋਤ ਸਿੱਧੂ ਇਹਨਾਂ ਟਵੀਟਾਂ ਦੇ ਆਧਾਰ 'ਤੇ ਏਜ਼ੀ ਨੂੰ ਜਵਾਬ ਦਿੱਤੇ ਨੇ, ਉਹਨੇ ਕਿਹਾ ਕਿ ਤੁਸੀਂ ਆਪਣੀ ਡਿਊਟੀ ਕਰੋ, ਬਲਕਿ ਤੁਸੀਂ ਆਪਣੇ ਰਾਜਨੀਤਿਕ ਜਿਹੜੇ ਤੁਹਾਡੇ ਆਕਾ ਨੇ ਉਹਨਾਂ ਨੂੰ ਖੁਸ਼ ਕਰਕੇ ਕਿਸੇ ਉੱਪਰਲੇ ਪਦ ਤੱਕ ਪਹੁੰਚਣ ਦੀ ਗੱਲ ਕਰ ਰਹੇ। ਜਿਹਨੂੰ ਇਹ ਵੀ ਗੱਲ ਕੀਤੀ, ਪਹਿਲਾਂ ਤੁਸੀਂ ਉਹਨਾਂ ਦੇ ਵਕੀਲ ਸੀ, ਹੁਣ ਤੁਸੀਂ ਪੰਜਾਬ ਸਰਕਾਰ ਦੇ ਵਕੀਲ, ਜਿਹੜੇ ਹੋ ਸਕਦਾ ਕੱਲ੍ਹ ਨੂੰ ਤੁਸੀਂ ਜੱਜ ਬਣ ਜਾਓ, ਫਿਰ ਤੁਸੀਂ ਕਿਹੜੀ ਤਰ 'ਚ ਫੈਸਲਾ ਦਿਓਗੇ? ਸਭ ਤੋਂ ਵੱਡਾ ਜਿਹੜਾ ਮਹੱਤਵਪੂਰਨ ਪ੍ਰਸ਼ਨ ਆ ਉਹ ਇਹ ਆ। ਦੱਸੋ, ਕਹਿਣ ਦਾ ਅਰਥ ਆ ਕਿ ਇਹਨਾਂ ਟਵੀਟਾਂ ਦਾ ਰਾਹੀਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਫਰਜ਼ ਬਾਖੂਬੀ ਨਿਭਾਇਆ। ਹੁਣ ਇਹਦੇ ਸਿੱਟੇ ਕੀ ਹੁੰਦੇ ਆ, ਕੀ ਨਹੀਂ ਹੁੰਦੇ, ਇਹ ਵੈਸੇ ਸਮਝਿਆ ਜਾ ਰਿਹਾ ਸੀ ਕਿ ਜਿਹੜੇ ਪ੍ਰੈਸ ਕਾਨਫਰੰਸ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਾਇਦ ਇਹਦੇ ਸੰਬੰਧੀ ਕੋਈ ਆਪਣਾ ਵਰਸ਼ਨ ਜਿਹੜਾ ਉਹ ਦੇਣਗੇ। ਪਰ ਸੁਖਬੀਰ ਬਾਦਲ ਦੇ ਸ਼ਬਦਾਂ ਦੇ ਵਿੱਚ ਜਿਸ ਤਰੀਕੇ ਨਾਲ ਅੱਜ ਕੱਲ੍ਹ ਮਨਪ੍ਰੀਤ ਬਾਦਲ
ਤੇ ਮੁੱਖ ਮੰਤਰੀ ਕੈਪਟਨ ਮਾਫ ਕਰਦਾ ਚਰਨਜੀਤ ਸਿੰਘ ਚੰਨੀ ਵੀ ਆਪਸ ਵਿੱਚ ਬੜੇ ਘਿਓ ਖਿਚੜੀ ਹੋਏ ਨੇ ਉਸ ਵੇਲੇ ਦੋ ਬਿਆਨ ਦੇ ਕੇ ਤੇ ਮਾਈਕ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਪੇਸ਼ ਕਰਤਾ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਮਨਪ੍ਰੀਤ ਬਾਦਲ ਨੂੰ ਪੇਸ਼ ਕਰ ਦਿੱਤਾ ਤੇ ਬਾਕੀ ਜਿਹੜੀ ਪ੍ਰੈਸ ਕਾਨਫਰੰਸ ਦੇ ਜਿਹੜੇ ਅੰਦਰਲੇ ਦਾਇਰੇ ਨੇ ਉਹ ਪੇਸ਼ ਕਰਨਗੇ ਮਤਲਬ ਜੋ ਵੀ ਪੈਟਰੋਲ ਨੂੰ ਵੈਟ ਨੂੰ ਘੱਟ ਕਰਨ ਦੇ ਸੰਬੰਧੀ ਜੋ ਬਾਕੀ ਫਾਈਨੈਂਸ਼ੀਅਲ ਕ੍ਰਾਈਸਿਸ ਜਾਂ ਜੋ ਵੀ ਖਜ਼ਾਨੇ ਦੇ ਵਿੱਚ ਘਾਟੇ ਜਾਂ ਵਾਧੇ ਦੀਆਂ ਗੱਲਾਂ ਨੇ ਤਾਂ ਮਨਪ੍ਰੀਤ ਬਾਦਲ ਦੱਸਣਗੇ ਤਾਂ ਫਿਰ ਉਹਨਾਂ ਨੇ ਵੀ ਫਿਰ ਮੁਆਜ਼ਜ਼ ਸ਼ਬਦਾਂ ਦੇ ਵਿੱਚ ਜਿਸ ਤਰੀਕੇ ਨਾਲ ਉਹ ਗੱਲ ਕਰਦੇ ਹੁੰਦੇ ਆ ਫਿਰ ਉਹਨਾਂ ਨੇ 5 ਮਿੰਟ ਲਾਏ ਔਰ ਚੰਨੀ ਸਰਕਾਰ ਦੇ ਸੰਬੰਧੀ ਇਹ ਆਪਣਾ ਪੱਖ ਉਹਨਾਂ ਨੇ ਪੂਰਨ ਤੌਰ 'ਤੇ ਜਿਸ ਤਰ੍ਹਾਂ ਉਰਦੂ 'ਚੋਂ ਗੱਲ ਕਰਦੇ ਦੇ ਮਜ਼ੀਦ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਮਨਪ੍ਰੀਤ ਬਾਦਲ ਨੇ ਚੰਨੀ ਸਰਕਾਰ ਦਾ ਜਿਹੜਾ ਪੱਖ ਹੈ ਉਹ ਪੇਸ਼ ਕੀਤਾ ਕਿ ਵੈਟ ਨਾਲ ਕਿਹੜੇ ਕਿਹੜੇ ਘਾਟੇ ਪਰ ਗੱਲ ਇਹ ਸੀ ਕਿ ਉਸ ਵਕਤ ਚਾਹੀਦਾ ਸੀ ਕਿ ਜੇਕਰ ਤੁਹਾਡੀ ਪਾਰਟੀ ਪ੍ਰਧਾਨ ਇੱਕ ਮਹੱਤਵਪੂਰਨ ਮੁੱਦਿਆਂ 'ਤੇ ਆਪਣੀ ਹੀ ਸਰਕਾਰ ਨੂੰ ਘੇਰਦਾ ਪਿਆ ਤਾਂ ਚਰਨਜੀਤ ਸਿੰਘ ਚੰਨੀ ਹੁਣੀ ਅੱਜ ਕੱਲ੍ਹ ਪ੍ਰੈਸ ਨੂੰ ਬਹੁਤ ਰੂਬਰੂ ਹੁੰਦੇ ਨੇ ਘੱਟੋ ਘੱਟ ਏ ਪੀ ਸਿੰਘ ਦਿਓਲ ਦੇ ਸੰਬੰਧ ਦੇ ਵਿੱਚ ਜਿਹੜੇ ਟਵੀਟ 12 ਟਵੀਟ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਕੀਤੇ ਕਿਸੇ ਇੱਕ ਟਵੀਟ ਦਾ ਉਹ ਜਵਾਬ ਦੇ ਦਿੰਦੇ ਤਾਂ ਸ਼ਾਇਦ ਇਸ ਪ੍ਰੈਸ ਕਾਨਫਰੰਸ ਦੀ ਜਿਹੜੀ ਗਰਮਾ ਆ ਕੁਝ ਹੋਰ ਹੁੰਦੀ ਪਰ ਸ਼ਾਇਦ ਨਾ ਤਾਂ ਚਰਨਜੀਤ ਸਿੰਘ ਚੰਨੀ ਹੋਣਾ ਹੋ ਅਤੇ ਨਾ ਹੀ ਮਨਪ੍ਰੀਤ ਸਿੰਘ ਬਾਦਲ ਕੋਲ ਕੁਝ ਨਵਜੋਤ ਸਿੱਧੂ ਦੇ ਟਵੀਟਾਂ ਦੇ ਜਵਾਬ ਦੇ ਵਿੱਚ ਕੁਝ ਸੀ ਹਾਂ ਪਰ ਪੰਜਾਬ ਦੇ ਲੋਕ ਇਹਨਾਂ ਚੀਜ਼ਾਂ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਆ ਔਰ ਗਾਂਹ ਵੀ ਲੈਣਗੇ ਕਿਉਂਕਿ ਵਾਕਿਆ ਹੀ ਇਹ ਇੱਕ ਅਜਿਹਾ ਮੁੱਦਾ ਜਿਹਦੇ ਤੋਂ ਕੋਈ ਵੀ ਬੰਦਾ ਮੁਨਕਰ ਨਹੀਂ ਹੋ ਸਕਦਾ ਤਾਂ ਉਹਨਾਂ ਟਵੀਟਾਂ ਦੇ ਵਿੱਚ ਏ ਪੀ ਸਿੰਘ ਦਿਓਲ ਨੇ ਤਾਂ ਇਹ ਅਸੀਂ ਪੰਜਾਬੀ 'ਚ ਕਹਿੰਦੇ ਨਾ ਭੂੰਡਾ ਦੀ ਖੱਖੜ ਛੇੜਨੀ ਇਹ ਕੋਈ ਖੱਖੜ ਛੇੜੀ ਹੈ ਤਾਂ ਦੇਖਣਾ ਹੁਣ ਆਉਂਦਿਆਂ ਦਿਨਾਂ 'ਚ ਉਹ ਲੜਾਈ 'ਚ ਘਿਰਦਾ ਕਿਸ ਤਰ੍ਹਾਂ ਪਰ ਇਹਦੇ ਵਿੱਚ ਏ ਪੀ ਸਿੰਘ ਦਿਓਲ ਦਾ ਓਨਾ ਕਸੂਰ ਨਜ਼ਰੀ ਨਹੀਂ ਆਉਂਦਾ ਜਿੰਨਾ ਕੁਛ ਕਸੂਰ ਉਸਦੇ ਆਕਾਵਾਂ ਦਾ ਹੈ ਜਿਨ੍ਹਾਂ ਨੇ ਉਹਦੇ ਕੋਲ ਇਹ ਬਿਆਨ ਦਵਾਇਆ ਕਿਉਂਕਿ ਕੱਲ੍ਹ ਵੀ ਅਸੀਂ ਗੱਲ ਕੀਤੀ ਕਿ ਇੱਕ ਐਡਵੋਕੇਟ ਜਨਰਲ ਦੀ ਇੰਨੀ ਹਿੰਮਤ ਨਹੀਂ ਹੋ ਸਕਦੀ ਕਿ ਉਹ ਆਪਣੀ ਪਾਰਟੀ ਪ੍ਰਧਾਨ ਨੂੰ ਕੋਈ ਇੱਦਾਂ ਦਾ ਜਵਾਬ ਜਿਹੜਾ ਜਾਂ ਦੇ ਸਕੇ ਜਾਂ ਉਸਨੂੰ ਪ੍ਰਸ਼ਨ ਕਰ ਸਕੇ ਤਾਂ ਪੂਰਨ ਤੌਰ 'ਤੇ ਇਹਦੇ ਪਿੱਛੇ ਬੜੇ ਵੱਡੇ ਪੱਧਰ 'ਤੇ ਰਾਜਨੀਤੀ ਜਿਹੜੀ ਹੋ ਰਹੀ ਹੈ ਤਾਂ ਠੀਕ ਹੈ ਨਵਜੋਤ ਸਿੱਧੂ ਨੇ ਉਹਨਾਂ ਟਵੀਟਾਂ ਦੇ ਆਧਾਰ 'ਤੇ ਜਵਾਬ ਮੰਗਿਆ ਏ ਪੀ ਸਿੰਘ ਦਿਓਲ ਦੀ ਜਿਹੜੀ ਪੂਰਨ ਤੌਰ 'ਤੇ ਜਿਹੜੀ ਉਹਦੀ ਆਪਾਂ ਕਹਿ ਸਕਦੇ ਸ਼ਖਸੀਅਤ ਨੂੰ ਉਹਦੀ ਕਾਰਕਰਦਗੀ ਨੂੰ ਬੀਤੇ ਦੌਰ 'ਚ ਕਿਸ ਤਰੀਕੇ ਨਾਲ ਸੁਮੇ ਸੈਣੀ ਦੇ ਸੰਦਰਭ 'ਚ ਭੁਗਤਦਾ ਰਿਹਾ ਔਰ ਕਿਸ ਤਰੀਕੇ ਦੇ ਨਾਲ ਉਸਨੂੰ ਬਲੈਂਕਟ ਜਿਹੜੀਆਂ ਨੇ ਬੇਲਾਂ ਉਹਨੇ ਦਵਾਈਆਂ ਨੇ ਤਾਂ ਉਹਨੇ ਨਵਜੋਤ ਸਿੱਧੂ ਨੇ ਉਹ ਸਵਾਲ ਉਠਾਇਆ ਕਿ ਹੁਣ ਦੱਸੋ ਕਿ ਹੁਣ ਤੁਸੀਂ ਕਿਸ ਤਰੀਕੇ ਨਾਲ ਜਿਹੜੀ ਆ ਉੱਥੇ ਜਾ ਕੇ ਆਪਣੀ ਸਰਕਾਰ ਦਾ ਪੱਖ ਪੇਸ਼ ਕਰੋਗੇ ਤਾਂ ਕਈ ਲੋਕ ਤਾਂ ਮਾਨ ਸਾਹਿਬ ਇਹ ਵੀ ਕਹਿੰਦੇ ਆ ਕਿ ਇਹਨੂੰ ਲਾਇਆ ਹੀ ਤਾਂ ਗਿਆ ਕਿ ਹਾਂ ਵੀ ਤੂੰ ਜਾ ਕੇ ਸਰਕਾਰ ਦੇ ਅੰਦਰਲੇ ਫਾਈਲਾਂ ਅੰਦਰਲੀਆਂ ਅਲਮਾਰੀਆਂ 'ਚ ਵੇਖ ਕਿ ਸੁਮੇਧ ਸਿੰਘ ਸੈਣੀ ਜਾਂ ਬਾਦਲਾਂ ਦੇ ਖਿਲਾਫ ਕੀ ਕੁਝ ਪਿਆ ਆ ਅਤੇ ਕੀ ਕੁਝ ਪਿਆ ਅਤੇ ਕੀ ਕੁਝ ਉਹ ਤੂੰ ਪੜ੍ਹ ਲੈ ਕਿਉਂਕਿ ਹੁਣ ਤਾਂ ਫਾਈਲਾਂ ਉਹਦੀਆਂ ਸਿੱਧੀ ਅਪਰੋਚ 'ਚ ਨੇ ਸਿੱਧਾ ਉਹਦੇ ਅੰਦਰ ਉਹਦੇ ਖੇਤਰ 'ਚ ਨੇ ਉਹ ਜਿਹਨੂੰ ਮਰਜ਼ੀ ਚੈੱਕ ਕਰ ਸਕਦਾ ਤਾਂ ਕੁਝ ਲੋਕ ਕਹਿੰਦੇ ਆ ਕਿ ਇਹ ਜਿਹੜਾ ਡੈਪੂਟੇਸ਼ਨ ਦੇ ਆਇਆ ਜਿਹੜਾ ਇੱਕ ਮਾਲਵੇ ਦਾ ਬੜਾ ਮੰਤਰੀ ਤਾਕਤਵਰ ਮੰਤਰੀ ਜਿਹਦੇ ਰਾਹੀਂ ਇਹਦੀ ਨਿਯੁਕਤੀ ਹੋਈ ਆ ਤਾਂ ਉਹ ਨਿਯੁਕਤੀ ਉਸ ਮੰਤਰੀ ਨੇ ਬਾਦਲਾਂ ਨਾਲ ਸਮਝੌਤਾ ਕਰਾਇਆ ਜਾਂ ਜਿਸ ਤਰੀਕੇ ਨਾਲ ਫਾਹਵਾਂ ਨੇ ਅਸੀਂ ਨਹੀਂ ਕਹਿ ਰਹੇ ਲੋਕ ਕਹਿੰਦੇ ਨੇ ਜਾਂ ਕਨਸੋਆਂ ਨੇ ਕਿ ਇਹ ਸਿਰਫ ਡੈਪੂਟੇਸ਼ਨ 'ਤੇ ਹੀ ਆਇਆ ਕਥਿਤ ਤੌਰ 'ਤੇ ਇੱਥੇ ਅੰਕ ਫਾਈਲਾਂ ਫੂਈਲਾਂ ਦਾ ਪਤਾ ਕਰ ਲਾ ਕਿ ਜਦੋਂ ਫਿਰ ਜੇ ਰੱਬ ਨਾ ਕਰੇ ਅਕਾਲੀ ਦਲ ਇਹ ਕਹਿ ਰਹੇ ਕਿ ਰੱਬ ਨਾ ਕਰੇ ਜੇਕਰ ਕਾਂਗਰਸ ਸਰਕਾਰ ਦੁਬਾਰਾ ਆ ਜਾਂਦੀ ਹੈ 2022 ਦੇ ਵਿੱਚ ਤਾਂ ਫਿਰ ਸਾਡੇ ਕੋਲ ਉਹ ਮਾਲ ਮਤਾ ਹੋਏਗਾ ਜਿਹੜਾ ਮੁਕਾਬਲਾ ਸਰਕਾਰ ਨੇ ਐਸ ਤਿਆਰ ਕੀਤਾ ਤਾਂ ਫਿਰ ਅਸੀਂ ਉਹਨੂੰ ਕਾਊਂਟਰ ਕਰ ਸਕਾਂਗੇ ਸੋ ਇਹੋ ਜਿਹੇ ਬੜੇ ਗੰਭੀਰ ਇਲਜ਼ਾਮ ਜਿਹੜੇ ਆ ਮਾਫ ਕਰਨਾ ਉਹ ਏ ਪੀ ਸਿੰਘ ਦਿਓਲ ਦੇ ਉੱਤੇ ਲੱਗ ਰਹੇ ਆ ਤਾਂ ਨਵਜੋਤ ਸਿੱਧੂ ਨੇ ਆਪਣੇ 12 ਟਵੀਟਾਂ ਦੇ ਰਾਹੀਂ ਪੂਰਨ ਤੌਰ 'ਤੇ ਉਹਦੇ ਸੱਚ ਨੂੰ ਜੋ ਕਰਦਾ ਰਿਹਾ ਉਹ ਆਪਣੇ ਦਰਸ਼ਕਾਂ ਦੇ ਪੰਜਾਬ ਦੀ ਜਨਤਾ ਦੇ ਸਾਹਮਣੇ ਲਿਆਂਦਾ ਜਿਹਦੇ ਉੱਤੇ ਅਸੀਂ ਵਿਸ਼ਲੇਸ਼ਣ ਕਰ ਰਹੇ ਹਾਂ ਜੀ ਮਾਨ ਸਾਹਿਬ ਦੋਸਤਾਂ ਤੁਹਾਡਾ ਕਹਿਣ ਦਾ ਮਤਲਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚੰਨੀ ਸਰਕਾਰ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਖਿੱਚੋ ਤਾਣ ਵਧੇਗੀ ਭਾਵੇਂ ਕਿ ਚੰਨੀ ਡਾਇਰੈਕਟਲੀ ਅਟੈਕ ਨਹੀਂ ਕਰਦੇ ਨਵਜੋਤ ਸਿੰਘ ਸਿੱਧੂ ਤੇ ਲੇਕਿਨ ਜਿਵੇਂ ਤੁਸੀਂ ਕਿਹਾ ਹੈ ਵੀ ਉਹ ਆਪਣੇ ਸਹਿਯੋਗੀਆਂ ਦੇ ਦੁਆਰਾ ਟਵੀਟ ਕਰਾ ਕੇ ਜਾਂ ਬਿਆਨ ਦਵਾ ਕੇ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਮੈਂ ਆਪਾਂ ਪਹਿਲਾਂ ਵੀ ਕਹਿ ਰਹੇ ਸੀ ਵੀ ਗਰੀਬੜਾ ਜਾ ਸਿਆਣਾ ਜਾ ਲੇਕਿਨ ਅੰਦਰੋਂ ਤਰਕਸ਼ ਦੇ ਵਿੱਚ ਤੀਰ ਉਹਨਾਂ ਵੀ ਕਾਫੀ ਰੱਖੇ ਹੋਏ ਨੇ ਸਾਹਮਣੇ ਤੋਂ ਨਾ ਆ ਕੇ ਸਾਈਡ ਤੋਂ ਅਟੈਕ ਕਰ ਰਹੇ ਨੇ ਸੋ ਆਉਣ ਵਾਲੇ ਦਿਨਾਂ ਵਿੱਚ ਕੀ ਕਾਂਗਰਸ ਸਥਿਤੀ ਹੋ ਗਈ ਇਹਦੇ ਬਾਰੇ ਆਪਾਂ ਵਿਸ਼ਲੇਸ਼ਣ ਕਰਦੇ ਰਹਾਂਗੇ ਸੋ ਆਪਾਂ ਅਗਲੀ ਖਬਰ ਵੱਲ ਆਈਏ ਗੱਲ ਕਰੀਏ ਵਿਧਾਨ ਸਭਾ ਸੈਸ਼ਨ ਦੇ ਜਿਹੜਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਵਿਧਾਨ ਸਭਾ ਦਾ ਕੱਲ੍ਹ ਹੋਵੇਗਾ ਉਹ ਸੈਸ਼ਨ ਕਿਵੇਂ ਦੇਖ ਰਹੇ ਹੋ ਸੈਸ਼ਨ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਦੀ ਗੱਲ ਹੋਏਗੀ ਕਿ ਕਿਸੇ ਮੁੱਦੇ ਉੱਪਰ ਸਹਿਮਤੀ ਬਣੇਗੀ ਜਾਂ ਕਿਸੇ ਮੁੱਦੇ ਨੂੰ ਹੱਲ ਕਰਦੀ ਚੰਨੀ ਸਰਕਾਰ ਨਜ਼ਰ ਆਏਗੀ ਕਿਸ ਤਰ੍ਹਾਂ ਦਾ ਰਹੇਗਾ ਸੈਸ਼ਨ ਕਿਉਂਕਿ ਕੱਲ੍ਹ ਦੇ ਸੈਸ਼ਨ ਤੋਂ ਬਾਅਦ ਇੱਕ ਸੈਸ਼ਨ ਹੋਰ 11 ਤਰੀਕ ਨੂੰ ਸਰਕਾਰ ਵੱਲੋਂ ਸੱਦ ਲਿਆ ਗਿਆ ਇਹ ਕਿ ਕਿਉਂ ਸੱਦਿਆ ਗਿਆ ਸੈਸ਼ਨ ਉਸ ਬਾਰੇ ਵੀ ਥੋੜ੍ਹਾ ਵਿਸਥਾਰ ਨਾਲ ਦੱਸਣ ਦੀ ਕੋਸ਼ਿਸ਼ ਕਰਿਓ ਕਿਉਂਕਿ ਇੱਕ ਸਿਰ ਪਹਿਲਾਂ ਇੱਕ ਦਿਨ ਦੇ ਸੈਸ਼ਨ ਦੀ ਗੱਲ ਹੋਈ ਸੀ ਉਸ ਤੋਂ ਬਾਅਦ ਸੈਸ਼ਨ ਹੋਣ ਤੋਂ ਪਹਿਲਾਂ ਹੀ
ਹੁਣ 11 ਤਰੀਕ ਨੂੰ ਇੱਕ ਸੈਸ਼ਨ ਹੋਰ ਸੱਦਿਆ ਗਿਆ। ਕੱਲ ਦੇ ਸੈਸ਼ਨ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ, ਕਿਸ ਤਰ੍ਹਾਂ ਹੋਏਗਾ ਕੱਲ ਦਾ ਸੈਸ਼ਨ? ਦੇਖੋ ਕੱਲ ਦਾ ਜਿਹੜਾ ਸੈਸ਼ਨ ਆ ਇਹਦੇ ਸੰਬੰਧੀ ਤਾਂ ਬੜੇ ਪਹਿਲਾਂ ਜਿਹੜਾ ਉਹ ਕਰ ਚੁੱਕੇ ਨੇ ਕਿ ਜਿਹੜੇ ਕਿਸਾਨਾਂ ਦੇ ਸੰਬੰਧੀ ਕੇਂਦਰ ਸਰਕਾਰ ਵੱਲੋਂ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਗਏ ਨੇ, ਉਹਨਾਂ ਕਾਨੂੰਨਾਂ ਦੇ ਸੰਦਰਭ ਵਿੱਚ ਉਹਨਾਂ ਨੂੰ ਰੱਦ ਕਰਨ ਦੀ ਜਿਹੜੀ ਗੱਲਬਾਤ ਹੋ ਸਕਦੀ ਆ, ਬਕਾਇਦਾ ਤੌਰ 'ਤੇ ਇਹਦੇ ਆਲੇ ਦੁਆਲੇ ਜਿਹੜਾ ਮੁੱਖ ਇਸ਼ੂ ਜਿਹੜਾ ਉਹ ਘੁੰਮੇਗਾ। ਕਿਉਂਕਿ ਇਹੋ ਹੀ ਕਾਲੇ ਕਾਨੂੰਨ ਹਨ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਪਾਣੀਆਂ ਦੇ ਮਤੇ ਨੂੰ ਰੱਦ ਕੀਤਾ ਸੀ, ਤਾਂ ਉਸੇ ਤਰੀਕੇ ਨਾਲ ਨਵਜੋਤ ਮਾਫ਼ ਕਰਨਾ ਚਰਨਜੀਤ ਸਿੰਘ ਚੰਨੀ ਹੁਣੀ ਇਹ ਵਿਧਾਨ ਜਿਹੜਾ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇਹਦੇ ਸੰਬੰਧੀ ਕਿਸਾਨਾਂ ਸੰਬੰਧੀ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਗਏ ਆ ਉਹਨਾਂ ਦੇ ਸੰਬੰਧੀ ਉਹ ਕੋਈ ਫੈਸਲਾ ਲੈਣਗੇ, ਮਤਾ ਪੇਸ਼ ਕਰਨਗੇ। ਤਾਂ ਇਸ ਮਤੇ 'ਤੇ ਤਾਂ ਹਰ ਜਿਹੜੀ ਵੀ ਪਾਰਟੀ ਹੈਗੀ ਆ ਹਰ ਪਾਰਟੀ ਨੇ ਸਹਿਮਤੀ ਬਣਨੀ ਬਣੀ ਇਸ ਮਤੇ ਦਾ ਤਾਂ ਸੰਬੰਧ ਵੀ ਨਾ ਕਿ ਸਹਿਮਤੀ ਨਹੀਂ ਬਣ ਸਕੀ ਇਸ ਮੁੱਦੇ 'ਤੇ। ਹਰ ਪਾਰਟੀ ਨੇ ਗਾਂਹ ਹੋ ਕੇ ਕਹਿਣਾ ਕਿ ਕਿਸਾਨਾਂ ਦੇ ਸੱਚੇ ਹਮਦਰਦੀ ਅਸੀਂ ਹਾਂ, ਸਾਡੇ ਤੋਂ ਬਿਨਾਂ ਪਾਰਟੀ ਮਤਲਬ ਅਸੀਂ ਪਾਰਟੀ ਹੋਰ ਹੈ ਹੀ ਨਹੀਂ ਜਿਹੜੇ ਕਿਸਾਨਾਂ ਦੇ ਹੱਕਾਂ ਅਤੇ ਹਿੱਤਾਂ ਦੀ ਗੱਲ ਕਰ ਸਕਦੀ ਹੈ। ਅਤੇ ਇਹਦੇ ਵਿੱਚ ਉਹ ਵੀ ਪਾਰਟੀ ਬੜੀ ਗਾਂਹ ਚਾਂਹ ਹੋ ਕੇ ਪੇਸ਼ ਹੋਏਗੀ ਜਿਸ ਪਾਰਟੀ ਨੇ ਕਾਲੇ ਕਾਨੂੰਨਾਂ ਦੇ ਉੱਤੇ ਦਸਤਖਤ ਕੀਤੇ ਸਨ, ਮੇਰੀ ਮੁਰਾਦ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਹੈ। ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਦੇ ਪ੍ਰਧਾਨ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਫਗਵਾੜੇ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਗੱਲ ਕਹਿਤੀ ਹੈ ਕਿ ਕੱਲ੍ਹ ਨੂੰ ਅਸੀਂ ਇੱਕ ਜਿਹੜਾ ਮਤਾ ਹੈ 84 ਦੇ ਜਿਹੜੇ ਦੰਗੇ ਨੇ ਕਤਲੇਆਮ ਵਿੱਚ ਕਾਂਗਰਸੀ ਗਾਂਧੀ ਪਰਿਵਾਰ ਕਿਸ ਤਰੀਕੇ ਨਾਲ ਜ਼ਿੰਮੇਵਾਰ ਸੀ ਉਹਦੇ ਸੰਦਰਭ 'ਚ ਅਸੀਂ ਮਤਾ ਜਿਹੜਾ ਲਿਆਉਣਾ, ਤਾਂ ਉਹ ਮਤਾ ਉਹਨਾਂ ਨੇ ਲਿਆਉਣਾ ਹੀ ਲਿਆਉਣਾ, ਉਹ ਮਤਾ ਜਿਹੜਾ ਉਹ ਪਾਸ ਨਹੀਂ ਹੋਣਾ। ਤਾਂ ਦੂਜੇ ਪਾਸੇ ਰਾਜਕੁਮਾਰ ਵੀਰਕੇ ਨੇ ਵੀ ਕਹਿਤਾ ਕਿ ਜੇਕਰ ਫਿਰ ਇੱਦਾਂ ਦੇ ਮਤੇ ਆਉਣਗੇ ਤਾਂ ਫਿਰ ਬੇਅਦਬੀਆਂ ਦੇ ਕਾਂਡ ਦੇ ਜਿਹੜੇ ਬੰਦੇ ਜ਼ਿੰਮੇਵਾਰ ਨੇ ਅਤੇ ਇਹਦੇ ਸੰਬੰਧੀ ਵੀ ਮਤੇ ਆ ਸਕਦੇ ਆ। ਸੋ ਅਕਾਲੀਆਂ ਵੱਲੋਂ ਤਾਂ ਇਹ ਮਤਾ ਜਿਹੜਾ ਪੇਸ਼ ਕੀਤਾ ਜਾਣਾ, ਪਰ ਇਹ ਮਤਾ ਪਾਸ ਨਹੀਂ ਹੋਣਾ ਤਾਂ ਨਾ ਇਹ ਮਤਾ ਪੇਸ਼ ਹੋ ਸਕੇ। ਪਰ ਦੂਜੇ ਪਾਸੇ ਇਹ ਗੱਲ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹ ਗੱਲ ਕਹੀ ਕਿ ਕੱਲ੍ਹ ਅਸੀਂ ਬਾਈਕਾਟ ਨਹੀਂ ਕਰਾਂਗੇ, ਕਿਉਂਕਿ ਜਿਸ ਤਰੀਕੇ ਨਾਲ ਉਹ ਕਦੀ ਵਾਰੀ ਕੱਪੜੇ ਪਾ ਕੇ ਦੋ ਚਾਰ ਨਾਰੇ ਨੂਰੇ ਬੋਲ ਆਉਂਦੇ ਆ, ਕੱਪੜੇ ਕਾਗਜ਼ ਕੁਗਜ਼ ਪਾੜੇ ਸਪੀਕਰ ਵੱਲ ਸੁੱਟੇ, ਕਾਲੇ ਕੱਪੜੇ ਪਾ ਕੇ ਬਾਹਰ ਜਾ ਕੇ ਆਪਣਾ ਵੱਖਰਾ ਸੈਸ਼ਨ ਚਲਾ ਦਿੰਦੇ ਹੁੰਦੇ ਆ, ਪਰ ਉਹਨਾਂ ਨੇ ਕਿਹਾ ਕਿ ਕੱਲ੍ਹ ਅਸੀਂ ਵਿੱਚ ਰਵਾਂਗੇ ਅਤੇ ਗੱਲਬਾਤ ਕਰਾਂਗੇ। ਸੋ ਕੱਲ੍ਹ ਦਾ ਜਿਹੜਾ ਸੈਸ਼ਨ ਹੈ ਇਹ ਹੰਗਾਮਿਆਂ ਭਰਪੂਰ ਹੋ ਸਕਦਾ, ਕਿਉਂਕਿ ਉਸ ਸੈਸ਼ਨ ਦੇ ਵਿੱਚ ਬੜਾ ਇੰਟਰਸਟਿੰਗ ਹੋਏਗਾ, ਕਿਉਂਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਉਹਦੇ ਵਿੱਚ ਹੋਣਗੇ, ਨਵਜੋਤ ਸਿੰਘ ਸਿੱਧੂ ਵੀ ਹੋਏਗਾ। ਹੁਣ ਨਵਜੋਤ ਸਿੰਘ ਸਿੱਧੂ ਦਾ ਕੀ ਰੁੱਖ ਅਖਤਿਆਰ ਹੁੰਦਾ ਉਸ ਸੈਸ਼ਨ ਦੇ ਵਿੱਚ, ਕੀ ਆਪਣੀ ਸਰਕਾਰ ਨੂੰ ਕਿਸ ਤਰੀਕੇ ਨਾਲ ਘੇਰਦੇ ਆ, ਕਿਸਾਨਾਂ ਦੇ ਪੱਖ 'ਚ ਕਿਸ ਤਰ੍ਹਾਂ ਬੋਲਦੇ ਆ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਜਿਹੜੀ ਆ ਉਹ ਕੀ ਹੋਏਗੀ, ਕੀ ਉਹ ਬੀਜੇਪੀ ਦੇ, ਕਿਉਂਕਿ ਦੋ MLA ਬੀਜੇਪੀ ਦੇ ਵੀ ਨੇ, ਤਾਂ ਕੈਪਟਨ ਅਮਰਿੰਦਰ ਸਿੰਘ ਕੀ ਉਹਨਾਂ ਦੀ ਸੁਰ 'ਚ ਸੁਰ ਮਿਲਾਉਣਗੇ, ਜਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਵੱਲੋਂ ਇੰਨੇ ਇਕੱਲੇ ਹੀ ਹੋਣੇ, ਆਪਣੀ ਪਾਰਟੀ ਦੇ ਪ੍ਰਧਾਨ ਵੀ ਉਹ ਸੈਕਟਰੀ ਵਿਧਾਇਕ ਵੀ ਹੋ, ਤਾਂ ਉਹਨਾਂ ਦੀ ਬੜੀ ਭੂਮਿਕਾ ਜਿਹੜੀ ਕੱਲ੍ਹ ਦੀ ਜਿਹੜੀ ਸਥਿਤੀ ਹੈ ਵਿਧਾਨ ਸਭਾ 'ਚ ਬੜੀ ਦਿਲਚਸਪ ਅਤੇ ਹੰਗਾਮਿਆਂ ਭਰਪੂਰ ਵੇਖਣ ਨੂੰ ਮਿਲ ਸਕਦੀ ਹੈ। ਪਰ ਮੁੱਖ ਤੌਰ 'ਤੇ ਜਿਹੜਾ ਨੁਕਤਾ ਹੈ ਉਹ ਨੁਕਤਾ ਜਿਹੜਾ ਅਸੀਂ ਕਹਿ ਸਕਦੇ ਜਾਂ ਮੁੱਦਾ ਕਹਿ ਸਕਦੇ ਹਾਂ ਉਹ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਨ ਦੇ ਸੰਬੰਧ ਵਿੱਚ ਮਤਾ ਪਾਸ ਜਿਹੜਾ ਹੋ ਸਕਦਾ, ਜਿਸ ਤਰੀਕੇ ਨਾਲ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਪਾਣੀਆਂ ਦੇ ਸੰਦਰਭ 'ਚ ਜਿਹੜਾ ਉਹ ਪੇਸ਼ ਕੀਤਾ ਸੀ। ਅਤੇ ਜਿਹੜਾ 11 ਤਰੀਕ ਦਾ ਸੈਸ਼ਨ ਜਿਹੜਾ ਦੁਬਾਰਾ ਸੱਦਿਆ ਗਿਆ ਜ਼ਰੂਰ ਹੋ ਸਕਦਾ ਜੀ, ਕਿਉਂਕਿ ਇਹਦੇ ਮਗਰੋਂ ਹੀ ਇੱਕ ਦੋ ਮਸਲੇ ਹੋਰ ਜਿਹਨਾਂ ਹਨ ਜਿਹਨਾਂ ਦੇ ਕਰਕੇ ਪੰਜਾਬ ਸਰਕਾਰ ਨੂੰ ਜਿਹੜਾ ਝਟਕਾ ਲੱਗਾ ਅੱਜ, ਜਿਸ ਤਰੀਕੇ ਨਾਲ ਜਿਹੜੇ 4 ਸਮਝੌਤੇ ਰੱਦ ਕਰਨੇ ਸੀ ਬਿਜਲੀ ਸਮਝੌਤੇ, ਅਤੇ ਟ੍ਰਿਬਿਊਨਲ ਵੱਲੋਂ ਉਸ ਨੋਟੀਫਿਕੇਸ਼ਨ ਨੂੰ ਰੱਦ ਕਰਤਾ ਜਾਂ ਉੱਤੇ ਰੋਕ ਲਗਾ ਦਿੱਤੀ ਗਈ ਕਿ ਤੁਸੀਂ ਨਹੀਂ ਕਰ ਸਕਦੇ। ਇਹਦੇ ਸੰਬੰਧੀ ਇੱਕ ਦੋ ਮੀਟਿੰਗਾਂ ਜਿਹੜੀਆਂ ਕੈਬਨਿਟ ਦੀਆਂ ਮੀਟਿੰਗਾਂ ਹੋਣਗੀਆਂ, ਕਿਉਂਕਿ 8 ਤਰੀਕ ਕੱਲ੍ਹ ਹੈ ਅਤੇ 11 ਤਰੀਕ ਨੂੰ ਦੁਬਾਰਾ ਸੈਸ਼ਨ ਜਿਹੜਾ ਬਣਾ ਲਿਆ ਗਿਆ, ਤਾਂ ਹੋ ਸਕਦਾ ਕਿ ਜਿਸ ਤਰੀਕੇ ਨਾਲ ਮੰਗਲ ਜਾਂ ਬੁੱਧਵਾਰ ਕੈਬਨਿਟ ਦੀ ਮੀਟਿੰਗ ਬੁਲਾ ਕੇ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਸਰਕਾਰ ਕੋਲੋਂ ਸਰਕਾਰ ਇੱਕ ਕਦਮ ਜਿਹੜਾ ਹੋਰ ਪੰਜਾਬ ਦੇ ਉਹਨਾਂ ਲੋਕਾਂ ਵਾਸਤੇ ਚੁੱਕਣਾ ਚਾਹੁੰਦੀ ਆ ਕਿ ਜਿਹੜੇ ਲੋਕ ਬੀਤੇ ਲੰਬੇ ਸਮੇਂ ਤੋਂ ਬਤੌਰ ਠੇਕੇ 'ਤੇ ਜਾਂ ਕੱਚੇ ਮੁਲਾਜ਼ਮ ਜਿਹੜੇ ਉਹ ਬਾਰੂਦ ਦੇ ਵਿੱਚ ਕੰਮ ਕਰ ਰਹੇ ਆ, ਤਾਂ ਸਰਕਾਰ ਸ਼ਾਇਦ ਇਸ ਮੁੱਦੇ ਨੂੰ ਕੈਬਨਿਟ ਵਿੱਚ ਲਿਆ ਕੇ ਪਾਸ ਕਰਕੇ ਤਾਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਸ ਮਤੇ ਨੂੰ ਵੀ 11 ਤਰੀਕ ਵਾਲੇ ਜਿਹੜਾ ਆਪਣਾ ਵਿਧਾਨ ਸਭਾ ਦਾ ਸੈਸ਼ਨ ਉਹਦੇ ਵਿੱਚ ਇਸ ਨੂੰ ਲਿਆ ਸਕਦੀ ਹੈ, ਜਾਂ ਕੁਝ ਹੋਰ ਜਿਹੜੇ ਮਸਲੇ ਨੇ ਜਿਸ ਤਰ੍ਹਾਂ ਪਾਣੀਆਂ ਦਾ ਮਾਫ਼ ਕਰਨਾ ਬੇਅਦਬੀਆਂ ਦਾ ਮੁੱਦਾ ਹੈਗਾ, ਉਹਦੇ ਸੰਬੰਧੀ ਸਰਕਾਰ ਦਾ ਰੁੱਖ ਜਿਹੜਾ ਕੀ ਹੋਵੇਗਾ ਉਹਦੇ ਸੰਬੰਧੀ ਗੱਲਬਾਤ ਹੋ ਸਕਦੀ ਹੈ। ਕਿਉਂਕਿ ਅਜੇ 18 ਨੂੰ ਖਾਤੀ ਪ੍ਰੋਗਰਾਮਾਂ ਦੀ ਗੱਲ ਕਰੀਏ ਜਿਹੜਾ ਕਾਂਗਰਸ ਹਾਈਕਮਾਨ ਵੱਲੋਂ ਦਿੱਤੇ ਗਏ ਸੀ, ਉਹਨਾਂ 'ਤੇ ਤਾਂ ਮਾਨ ਸਾਹਿਬ ਜੀ ਗੱਲ ਹੀ ਨਹੀਂ ਹੋਈ, ਉਹਨਾਂ ਤਾਂ ਗੱਲ ਜੀ ਹੋਣੀ ਹੈ, ਤਾਂ ਉਹਨਾਂ ਦੀ ਗੱਲ ਕਦੋਂ ਹੋਣੀ ਹੈ, ਟਾਈਮ ਥੋੜ੍ਹਾ ਰਹਿ ਗਿਆ। ਤਾਂ ਹੋ ਸਕਦਾ ਇਹੋ ਜਿਹੇ ਕੁਝ ਮੁੱਦੇ ਜਿਹੜੇ ਨੇ, ਕਿਉਂ ਜਿਸ ਤਰੀਕੇ ਨਾਲ ਚੰਨੀ ਹੁਣਾਂ ਨੇ ਕਿਹਾ ਕਿ ਡਰੱਗ ਮਸਲੇ ਦੀ ਜਿਹੜੀ ਰਿਪੋਰਟ ਆ ਉਹ 18 ਨਵੰਬਰ ਨੂੰ ਖੁੱਲ੍ਹ ਸਕਦੀ ਹੈ, ਦੂਜੇ ਪਾਸੇ ਬੇਅਦਬੀਆਂ ਦੇ ਸੰਬੰਧੀ ਜਿਹੜੇ ਦੋਸ਼ੀ ਨੇ ਜਲਦ ਤੋਂ ਜਲਦ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਕੀਤੀ ਜਾਊਗੀ, ਆਹ ਉਹਨਾਂ ਦੇ ਬਿਆਨ ਜਿਹੜੇ ਕੱਲ੍ਹ ਪਰਸੋਂ ਦੇ ਬੜੇ ਮਹੱਤਵਪੂਰਨ ਨੇ। ਤਾਂ ਇਹਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਵੀ ਕਿੰਤੂ ਪਰੰਤੂ ਕੀਤਾ ਕਿ SID ਜਿਹੜੀ ਸਿੱਟ ਆ ਉਹਨੂੰ ਮੁੱਖ ਮੰਤਰੀ ਉਹਨਾਂ ਦੀ ਮੀਟਿੰਗ ਕਿਵੇਂ ਲੈ ਸਕਦਾ। ਤੇ ਸੋ ਕਹਿਣ ਦਾ ਅਰਥ ਇਹ ਆ
कि जरा 11 तरीक का होएगा विधानसभा सैशन कुछ अजिहे फैसले जो सरकार लै सकती है क्योंकि शायद उस तो मगरों फिर विधानसभा का सैशन ये शायद हो सकता जब तक मेरी समझ कि आखिरी सैशन हो क्योंकि बाद 12 दसंबर को कोड ऑफ कंडक्ट जो लग जाता केवल एक महीना जरा सरकार को रह जाता तो वह आने वाला समा दसेगा पर जितों तक मेरी जानकारी अनुसार योजे जे महत्वपूर्ण मुद्दे ने जिन्हों के आप गल कर ही दिए बेदबी और दूजे पास ड्रग का मुद्दा कच्चे मुलाजमन पक्या करने का मुद्दा ग्यारह तरीक के विधानसभा सैशन इस संबंधी कोई ऐलान जरा फैसला कोई जमाता के रूप के इस लिया जा सकता है जी मान साहब साहब तुम गलबात करनी सा जुड़े उद्धर बहुत बहुत धन्यवाद बहुत बहुत शुक्रिया जी ये सन प्रोफेसर मनजीत सिंह अणखी साहब जिन्होंने नवजोत सिंह सिद्धू के अज जो ट्वीट हुए हैं उन्होंने बारे विस्तार चर्चा की नाल ही गलबात की विधानसभा के सैशन जो 8 तरीक होएगा तो 11 तरीक होएगा उस दे मुद्दे उपर गलबात हो सकती है तो कि अहम फैसले सरकार वालों ले जा सकते हैं सो उम्मीद है साडे दर्शकों प्रोफेसर अणखी द्वारा की हुई चर्चा जरूर पसंद आएगी तो चर्चा किस तरह लगी सानू कमेंट करके जरूर दस्यो अगले प्रोग्राम के कुछ अहम मुद्दों के कुछ अहम खबरों के विश्लेषण की एक बार फिर तो जोड़ांगे तुहाडे नाल उद तक सानू दिओ इजाजत धन्यवाद।